ਜਿੰਨੇ ਵੀ ਸਾਰੇ ਖੜੇ ਆ ਸਾਡੇ ਨਾਲ, ਸਾਨੂੰ ਕਰਦੀਆਂ ਚਾਬੀਆਂ ਸਾਨੂੰ ਵਾਪਸ ਮਿਲਦੇ, ਇੱਥੇ ਤੱਕ ਸਾਨੂੰ ਪਹੁੰਚਾਉਣ ਦੇ. ਸੋਰੀ, ਮੈਂ ਘਬਰਾਈ ਵੀ ਹਾਂ ਇਸ ਵੇਲੇ, ਪਰ ਜਿੰਨੇ ਸਾਡੇ ਸਾਰੇ ਮੀਡੀਆ ਵਾਲੇ ਆ, ਸੋਸ਼ਲ ਮੀਡੀਆ, ਐਨਆਰਆਈ, ਸਾਰੇ ਬਾਹਰ ਤੱਕ ਦੂਰ ਤੱਕ ਜਿਹੜੇ ਸਾਰੇ ਇਹਨਾਂ ਨੇ ਸਾਡੇ ਸਾਥ ਦਿੱਤਾ, ਜਿਹੜੇ ਇੱਥੇ ਪੰਜਾਬ ਦੇ ਲੋਕ ਵੀ ਆ, ਬਹੁਤ ਸਾਥ ਦਿੱਤਾ ਇਹਨਾਂ ਨੇ, ਸਾਰੇ ਇੰਡੀਅਨਸ ਨੇ, ਸਾਰਿਆਂ ਨੇ ਸਾਡਾ ਸਾਥ ਦਿੱਤਾ ਉਹਨਾਂ ਨੇ. ਆ ਜਿਹੜੀ ਆਪਣੀ ਕਿਸਾਨ ਯੂਨੀਅਨ, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ. ਰਾਜੂ ਵੀਰ ਜੀ, ਕਾਮਰੇਡ, ਥੈਂਕ ਯੂ ਵੀਰ ਜੀ, ਤੁਹਾਡੇ ਬਿਨਾਂ ਕੁਛ ਨਹੀਂ ਸਹਿਬ ਲੱਗਦਾ, ਤੁਹਾਡੇ ਸਾਰਿਆਂ ਦੇ ਬਿਨਾਂ. ਭਾਜੀ ਉਹ ਵੀ ਸਾਡੇ ਨਾਲ ਖੜੇ ਆ, ਮਾਨਿਕ ਗੋਇਲ ਜੀ, ਰਜਿੰਦਰ ਟੱਗਰ, ਉਹ ਵੀ ਸਾਡੇ ਨਾਲ ਸਾਰੇ ਖੜੇ ਹੋਏ ਆ, ਐਂਡ ਬਾਜਵਾ ਸਾਹਿਬ, ਜਿਹੜੇ ਵੀ ਸਾਰੇ, ਅਸੀਂ ਪੋਲੀਟੀਕਲ ਪਾਰਟੀ ਨਹੀਂ ਆ, ਪਰ ਜਿੰਨੇ ਵੀ ਸਾਡੇ ਉਹਨਾਂ ਨੇ ਇਨਸਾਨੀਅਤ ਦੇ ਰੂਪ 'ਤੇ ਸਾਡੇ ਨਾਲ ਖੜੇ ਹੋਏ ਆ, ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ. ਅਸੀਂ ਇਹ ਵੀ ਕਹਿ ਰਹੇ ਹਾਂ, ਸਾਨੂੰ ਹਾਲੇ ਤੱਕ ਮਾਨ ਸਾਹਿਬ 'ਤੇ ਪੂਰੀ ਉਮੀਦ ਹੈਗੀ ਆ ਵੀ ਸਾਨੂੰ ਜਿਹੜਾ ਇਹਨਾਂ ਨੂੰ ਜਿਹੜਾ ਫਰੋਡ, ਨਕਲੀ ਕਾਗਜ਼ ਦਾ ਸਾਰਾ ਕੁਛ ਆ ਸਕੈਂਡਲ ਹੋਇਆ, ਵੀ ਮਾਨ ਸਾਹਿਬ ਕੁਛ ਕਰਨਗੇ, ਉਹ ਇਨਸਾਫ, ਜਿਹੜਾ ਕ੍ਰਾਈਮ ਹੋਇਆ ਉਹਦੀ ਪਨਿਸ਼ਮੈਂਟ ਇਹ ਲੋਕਾਂ ਨੂੰ ਜ਼ਰੂਰ ਦੇਣਗੇ. ਹਾਲੇ ਤੱਕ ਸਾਨੂੰ ਵਿਸ਼ਵਾਸ ਹੈਗਾ ਮਾਨ ਸਾਹਿਬ 'ਤੇ ਵੀ ਉਹ ਨਾ ਇਨਸਾਫੀ ਨਹੀਂ ਹੋਣ ਦੇਣਗੇ. ਆ ਤਾਂ ਮੰਮੀ ਨੂੰ ਹਾਲੇ ਬਸ ਚਾਬੀਆਂ ਮਿਲੀਆਂ ਵਾਪਸ, ਅਸੀਂ ਘਰ ਲੈ ਕੇ ਜਾਵਾਂਗੇ, ਪਰ ਜਿਹੜੀ ਲੜਾਈ ਆ ਸੱਚ ਦੀ, ਅਸੀਂ ਚਾਹੁੰਦੇ ਹਾਂ ਵੀ ਇਹਦਾ ਐਂਡ ਹੋਵੇ, ਅਤੇ ਬਾਕੀ ਸਾਡੇ ਭੈਣਾਂ ਭਰਾਵਾਂ ਦੇ ਨਾਲ ਆ ਨਾ ਹੋਵੇ, ਜੋ ਬਾਕੀ ਜਿਹੜੇ ਬਾਹਰ ਵੀ ਬੈਠੇ ਆ ਉਹਨਾਂ ਦੇ ਨਾਲ ਵੀ ਨਾ ਹੋਵੇ, ਨਾਲੇ ਇੱਥੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਖੁਦ ਲੋਕ ਬੈਠੇ ਆ ਉਹਨਾਂ ਨੂੰ ਇੱਦਾਂ ਦੀ ਦਰਦ ਟਕੜਾ ਨਾ ਖਾਣੇ ਪਵੇ ਕਿਸੇ ਨੂੰ. ਐਂਡ ਅਸੀਂ ਇਹੀ ਚਾਹੁੰਦੇ ਹਾਂ, ਮਾਨ ਸਾਹਿਬ ਸਾਨੂੰ ਬਹੁਤ ਕੁਛ ਪਤਾ ਲੱਗਿਆ ਵੀ ਸਾਡੇ ਆਗੇ ਬਹੁਤ ਲੋਕ ਆ ਜਿਹਨਾਂ ਦੀਆਂ ਜ਼ਮੀਨਾਂ ਹਾਲੇ ਤੱਕ ਵੀ ਦੱਬੀਆਂ ਗਈਆਂ, ਵੀ ਲੋਕ ਨਹੀਂ ਛੁਟਕਾਰਾ ਉਹਨਾਂ ਤੋਂ ਮਿਲਦਾ. ਪਲੀਜ਼ ਉਹਨਾਂ ਦੀ ਬੇਨਤੀ ਸੁਣੋ, ਉਹਨਾਂ ਦੀ ਮਦਦ ਕਰੋ. ਹਾਲੇ ਤੱਕ ਅਸੀਂ ਸਾਰੇ ਤੁਹਾਡੇ 'ਤੇ ਵਿਸ਼ਵਾਸ ਕਰਦੇ ਹਾਂ, ਤੁਸੀਂ ਸਾਰੇ ਨੂੰ ਇਨਸਾਫ ਦਿਲਾਓਗੇ.